ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਜ਼ ਆ ਇਸ ਚੈਨਲ 'ਤੇ ਬਹੁਤ ਬਹੁਤ ਸਵਾਗਤ। ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ 6ਵੇਂ ਸਮੈਸਟਰ ਦੀ ਇਲੈਕਟ ਪੰਜਾਬੀ ਦੀ ਪਾਠ ਪੁਸਤਕ ਨਿਬੰਧ ਪ੍ਰਕਾਸ਼, ਇਸ ਵਿੱਚ ਦਰਜ 5ਵਾਂ ਨਿਬੰਧ ਅਸੀਂ ਪੜ੍ਹਨਾ ਹੈ, ਜਿਸ ਦਾ ਸਿਰਲੇਖ ਹੈ ਮੇਰੀ ਨੰਨੀ ਲੀਲਾ। ਜਾਣਪਛਾਣ ਮੇਰੀ ਨੰਨੀ ਲੀਲਾ ਗੁਰਬਖਸ਼ ਸਿੰਘ ਦੀ ਰਚਨਾ ਹੈ, ਜਿਹੜੀ ਉਸਦੀ ਪੁਸਤਕ ਮੇਰੀਆਂ ਅਭੁੱਲ ਯਾਦਾਂ ਵਿੱਚ ਦਰਜ ਹੈਗੀ ਆ। ਇਸ ਵਿੱਚ ਲੇਖਕ ਨੇ ਅਮਰੀਕਾ ਵਿਖੇ ਰਹਿੰਦਿਆਂ ਇੱਕ ਮਾਸੂਮ ਬੱਚੀ ਲੀਲਾ ਦੇ ਆਪਣੇ ਪ੍ਰਤੀ ਸੱਚੇ ਅਤੇ ਸੁੱਚੇ ਪਿਆਰ ਨੂੰ ਪ੍ਰਗਟਾਇਆ ਹੈ। ਬੱਚਿਆਂ ਦੇ ਧਿਆਨ ਦਾ ਕੇਂਦਰ ਬਣਨਾ, ਲੇਖ ਕਹਿੰਦਾ ਹੈ ਕਿ ਅਮਰੀਕਾ ਦੇ ਸ਼ਹਿਰ ਯੰਗਸਟਾਊਨ ਵਿੱਚ ਰਹਿੰਦਿਆਂ ਜਦੋਂ ਉਹ ਦਫ਼ਤਰੋਂ ਘਰ ਮੁੜਦਾ ਤਾਂ ਬਾਗ ਵਿੱਚ ਖੇਡਦੇ ਹੋਏ ਬਾਲ ਉਸਦੀ ਪੱਗ ਅਤੇ ਦਾੜ੍ਹੀ ਵਾਲੀ ਸੂਰਤ ਨੂੰ ਵੇਖਣ ਲਈ ਉਸਦਾ ਰਾਹ ਵੇਖਦੇ ਰਹਿੰਦੇ ਸੀ। ਉਸ ਨੂੰ ਦੂਰੋਂ ਆਉਂਦਾ ਵੇਖ ਕੇ ਉਹ ਖੇਡਣਾ ਬੰਦ ਕਰ ਦਿੰਦੇ ਅਤੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ, ਪਰ ਉਹ ਕਦੀ ਉਸ ਉੱਤੇ ਹੱਸਦੇ ਨਹੀਂ ਸਨ। ਲੇਖਕ ਦੱਸਦਾ ਹੈ ਕਿ ਬਾਲ ਤਾਂ ਕਿਤੇ ਬੁੱਢੇ ਵੀ ਉਸ ਵੱਲ ਅੱਖ ਚੁਰਾ ਕੇ ਵੇਖਣੋਂ ਨਹੀਂ ਸਨ ਰਹਿ ਸਕਦੇ, ਮਤਲਬ ਸਾਰਿਆਂ ਦੀ ਨਜ਼ਰਾਂ ਦਾ ਕੇਂਦਰ ਹੁੰਦਾ ਸੀ। ਕਾਰਨ ਕੀ ਸੀਗਾ? ਉਸਦੀ ਰਹਿਤ। ਲੀਲਾਹਾ ਦਾ ਲੇਖਕ ਨੂੰ ਹੱਥ ਲਾਉਣਾ। ਇੱਕ ਦਿਨ ਲੇਖਕ ਜਦੋਂ ਲੰਘ ਰਿਹਾ ਸੀ ਤਾਂ ਇੱਕ 7-8 ਵਰ੍ਹਿਆਂ ਦੀ ਕੋਮਲ ਜਿਹੀ ਕੁੜੀ ਲੇਖਕ ਨੂੰ ਹੱਥ ਲਾਉਣ ਪਿੱਛੋਂ ਦੌੜ ਕੇ ਆਪਣੇ ਸਾਥੀਆਂ ਨਾਲ ਜਾ ਮਿਲੀ ਅਤੇ ਉਹਨਾਂ ਨੂੰ ਕਹਿਣ ਲੱਗੀ ਕਿ ਵੇਖਿਆ, ਉਸਨੇ ਲੇਖਕ ਨੂੰ ਹੱਥ ਲਾ ਦਿੱਤਾ ਹੈ। ਉਸਨੇ ਉਸਨੂੰ ਕੁਝ ਨਹੀਂ ਕਿਹਾ। ਬੱਚੇ ਉਸਦੀ ਬਹਾਦਰੀ ਉੱਤੇ ਹੈਰਾਨ ਜਾਪ ਰਹੇ ਸਨ। ਲੇਖਕ ਨੇ ਉਸ ਨਿੱਕੀ ਕੁੜੀ ਨੂੰ ਆਪਣੇ ਕੋਲ ਸੱਦਿਆ ਅਤੇ ਪੁੱਛਿਆ ਕਿ ਬੱਚੇ ਉਸਨੂੰ ਕੀ ਕਹਿੰਦੇ ਸਨ। ਨਿੱਕੀ ਕੁੜੀ ਨੇ ਦੱਸਿਆ ਕਿ ਬੱਚੇ ਕਹਿੰਦੇ ਸਨ ਕਿ ਉਹ ਭਾਈ ਬਾਲਾਂ ਨੂੰ ਚੁੱਕ ਲਿਜਾਂਦਾ ਹੈ ਅਤੇ ਉਸਨੇ ਲੇਖਕ ਨੂੰ ਹੱਥ ਲਾ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਨਹੀਂ ਚੁੱਕਦਾ। ਆਪਣਾ ਨਾਂ ਪੁੱਛਣ 'ਤੇ ਉਸ ਲੜਕੀ ਨੇ ਆਪਣਾ ਨਾਂ ਲੀਲਾ ਦੱਸਿਆ। ਲੇਖਕ ਨੇ ਉਸ ਲੜਕੀ ਨਾਲ ਜਾ ਕੇ ਸਾਰੇ ਬੱਚਿਆਂ ਨਾਲ ਹੱਥ ਮਿਲਾਇਆ ਅਤੇ ਬੋਝੇ ਵਿੱਚੋਂ ਇੱਕ ਇੱਕ ਪਾਈ ਸਾਰਿਆਂ ਨੂੰ ਦਿੱਤੀ। ਅਮਰੀਕਨ ਬੱਚਿਆਂ ਨੂੰ ਵਿਦੇਸ਼ੀ ਟਿਕਟਾਂ ਅਤੇ ਸਿੱਕਿਆਂ ਦਾ ਬੜਾ ਸ਼ੌਕ ਹੁੰਦਾ ਹੈ, ਇੰਝ ਸਾਰੇ ਬੱਚੇ ਲੇਖਕ ਦੇ ਯਾਰ ਬਣ ਗਏ। ਹੁਣ ਉਹ ਡਰਦੇ ਨਹੀਂ ਸਨ। ਉਹ ਉੱਥੋਂ ਲੰਘਦੇ ਲੇਖਕ ਨੂੰ ਮਿਲਦੇ, ਹੱਥ ਮਿਲਾਉਂਦੇ ਅਤੇ ਹਾਲ ਚਾਲ ਪੁੱਛਦੇ ਰਹਿੰਦੇ ਸਨ। ਲੀਲਾ ਨੇ ਲੇਖਕ ਨੂੰ ਆਪਣੇ ਸਾਥੀਆਂ ਨਾਲ ਮਿਲਾਉਣਾ। ਇਸ ਤਰ੍ਹਾਂ ਕਈ ਹਫ਼ਤੇ ਲੰਘ ਗਏ। ਇੱਕ ਸ਼ਾਮ ਖਿੜਖਿੜ ਹੱਸਦੀ ਲੀਲਾ ਨੇ ਲਾਇਬ੍ਰੇਰੀ ਵਿੱਚ ਖਲੋਤੇ ਲੇਖਕ ਨੂੰ ਅਚਾਨਕ ਪਿੱਛੋਂ ਆ ਕੇ ਜੱਫੀ ਪਾ ਲਏ। ਉਹ ਆਪਣੇ ਸਕੂਲ ਦੇ ਮੁੰਡੇ ਕੁੜੀਆਂ ਨਾਲ ਕਿਤਾਬਾਂ ਲੈਣ ਆਈ ਸੀ। ਲੇਖਕ ਨੇ ਨੰਨੀ ਲੀਲਾ ਦਾ ਮੂੰਹ ਚੁੰਮਿਆ। ਲੀਲਾ ਨੇ ਲੇਖਕ ਨੂੰ ਆਪਣੇ ਸਾਥੀ ਬੱਚਿਆਂ ਪਾਲ, ਰਿਚੀ, ਸਾਰਾ, ਜੀਨ ਅਤੇ ਵਿੱਲੀ ਨਾਲ ਮਿਲਾਇਆ। ਲੇਖਕ ਨੇ ਉਹਨਾਂ ਨਾਲ ਹੱਥ ਮਿਲਾਇਆ ਅਤੇ ਇੱਕ ਇੱਕ ਪਾਈ ਦਿੱਤੀ, ਗੱਲਾਂ ਕੀਤੀਆਂ। ਇੱਕ ਬੱਚੇ ਪਾਲ ਨੇ ਲੇਖਕ ਨੂੰ ਪੁੱਛਿਆ ਕਿ ਕੀ ਉਹ ਉਸ ਦੇਸ਼ ਦਾ ਰਹਿਣ ਵਾਲਾ ਹੈ ਜਿੱਥੇ ਹਿਮਾਲੀਆ ਪਹਾੜ ਹੁੰਦਾ ਹੈ। ਲੀਲਾ ਨੇ ਲੇਖਕ ਨੂੰ ਦੱਸਿਆ ਕਿ ਉਹਨਾਂ ਦੀ ਉਸਤਾਦਨੀ ਉਸ ਨੂੰ ਮਿਲਣਾ ਚਾਹੁੰਦੀ ਹੈ ਅਤੇ ਲੇਖਕ ਨੂੰ ਉਸਨੇ ਆਪਣੇ ਸਕੂਲ ਆਉਣ ਲਈ ਸੱਦਾ ਦਿੱਤਾ। ਲੀਲਾ ਦੇ ਸਕੂਲ ਵਿੱਚ ਲੇਖਕ ਨੇ ਲੀਲਾ ਦੇ ਸਕੂਲ ਦੀ ਪ੍ਰਿੰਸੀਪਲ ਨੂੰ ਚਿੱਠੀ ਲਿਖੀ ਅਤੇ ਸਕੂਲ ਜਾਣ ਦਾ ਸਮਾਂ ਨਿਯਤ ਕੀਤਾ। ਲੀਲਾ ਦਾ ਸਕੂਲ ਪ੍ਰਾਇਮਰੀ ਤੱਕ ਸੀ ਸਾਫ਼ ਸੁਥਰਾ, ਹਰੇ ਭਰੇ ਘਾਹ ਵਿੱਚ ਪੰਘੂੜਿਆਂ ਅਤੇ ਪੀਂਘਾਂ ਉੱਤੇ ਬੱਚੇ ਖੇਡ ਰਹੇ ਸਨ। ਕੋਈ ਰੱਸਾ ਟੱਪ ਰਿਹਾ ਸੀ, ਕੋਈ ਕਿੱਕਲੀ ਪਾ ਰਿਹਾ ਸੀ।
ਦੋ ਉਸਤਾਦਨੀਆਂ ਨੇ ਵੀ ਬੱਚਿਆਂ ਨਾਲ ਖੇਡ ਰਹੀਆਂ ਸਨ। ਇੱਕ ਉਸਤਾਦਨੀ ਲੇਖਕ ਨੂੰ ਪ੍ਰਿੰਸੀਪਲ ਕੋਲ ਲੈ ਗਈ, ਜਿਹੜੀ ਕੁਆਰੀ ਸੀ, ਸੋਹਣੀ, ਵਿਦਵਾਨ, ਮਿੱਠ ਬੋਲੜੀ ਅਤੇ ਸਬਰ ਭਰੀ ਸੂਰਤ ਵਾਲੀ। ਪ੍ਰਿੰਸੀਪਲ ਨੇ ਲੇਖਕ ਨੂੰ ਸਕੂਲ ਦਾ ਕਿੰਡਰਗਾਰਡਨ ਕਮਰਾ, ਮੁੰਡਿਆਂ ਦੀ ਖੇਡਣ ਵਾਲੀ ਥਾਂ, ਕੁੜੀਆਂ ਦਾ ਕਸੀਦਾ ਕਮਰਾ, ਰਸੋਈ, ਗੱਲ ਕੀ, ਸਾਰਾ ਸਕੂਲ ਘੁਮਾ ਕੇ ਵਿਖਾਇਆ। ਫਿਰ ਸਾਰੇ ਬੱਚੇ ਲੈਕਚਰ ਕਮਰੇ ਵਿੱਚ ਇਕੱਠੇ ਹੋ ਗਏ। ਲੇਖਕ ਨੇ ਵੇਖਿਆ ਉੱਥੇ ਹਿੰਦੁਸਤਾਨ ਦਾ ਨਕਸ਼ਾ ਲਟਕਿਆ ਹੋਇਆ ਸੀ। ਲੇਖਕ ਨੇ ਬੱਚਿਆਂ ਨੂੰ ਨਕਸ਼ੇ ਵਿੱਚ ਆਪਣਾ ਸ਼ਹਿਰ ਵਿਖਾਇਆ, ਸਿਆਲਕੋਟ ਦੇ ਰਾਜੇ ਸਲਵਾਨ ਅਤੇ ਪੂਰਨ ਦੀ ਕਹਾਣੀ ਸੁਣਾਈ। ਬੱਚਿਆਂ ਨੇ ਲੇਖਕ ਤੋਂ ਸੱਪਾਂ ਬਾਰੇ, ਮੁੰਡੇ ਕੁੜੀਆਂ ਦੇ ਸਕੂਲਾਂ ਬਾਰੇ ਕੋਈ ਅੱਧਾ ਘੰਟਾ ਸਵਾਲ ਪੁੱਛੇ। ਇੱਕ ਨਿੱਕੇ ਜਿਹੇ ਮੁੰਡੇ ਨੇ ਲੇਖਕ ਨੂੰ ਜਦੋਂ ਇਹ ਪੁੱਛਿਆ ਕਿ ਕੀ ਉਸਦੇ ਘਰ ਉੱਤੇ ਵੀ ਉਹਨਾਂ ਵਾਂਗੂ ਚੰਨ ਚੜ੍ਹਦਾ ਹੈ, ਤਾਂ ਸਾਰੇ ਬੱਚੇ ਖਿੜਖਿੜਾ ਕੇ ਹੱਸ ਪਏ। ਲੀਲਾਹਾ ਬਹੁਤ ਖੁਸ਼ ਸੀ ਕਿਉਂਕਿ ਲੇਖਕ ਅੱਜ ਉਸਦੇ ਸਕੂਲ ਆਇਆ ਸੀ ਅਤੇ ਉਸਦੀ ਪ੍ਰਿੰਸੀਪਲ ਲੇਖਕ ਦੁਆਲੇ ਘੁੰਮਦੀ ਫਿਰਦੀ ਸੀ। ਲੀਲਾਹ ਦੀ ਸਿਫਾਰਿਸ਼ ਉੱਤੇ ਲੇਖਕ ਨੇ ਕੁਝ ਕੁੜੀਆਂ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਸੱਦ ਕੇ ਉਹਨਾਂ ਦੀਆਂ ਕਾਪੀਆਂ ਉੱਤੇ ਅੰਗਰੇਜ਼ੀ ਅਤੇ ਗੁਰਮੁਖੀ ਦੋਹਾਂ ਵਿੱਚ ਆਪਣੇ ਦਸਤਖਤ ਕੀਤੇ। ਲੀਲਾਹ ਨੇ ਆਖਿਆ ਕਿ ਉਸਦੀ ਇਤਿਹਾਸ ਦੀ ਉਸਤਾਦਨੀ ਮਿਲ ਜ਼ੈਫਰੀ ਕਹਿੰਦੀ ਸੀ ਕਿ ਮਿਸਟਰ ਸਿੰਘ ਹੱਥ ਵੇਖ ਕੇ ਕਿਸਮਤ ਦੱਸ ਦਿੰਦਾ ਹੈ, ਸੋ ਲੀਲਾਹ ਨੇ ਆਪਣਾ ਹੱਥ ਅੱਗੇ ਕਰ ਦਿੱਤਾ। ਲੇਖਕ ਨੇ ਲੀਲਾਹ ਦਾ ਨਿੱਕਾ ਜਿਹਾ ਹੱਥ ਫੜ ਕੇ ਆਖਿਆ ਕਿ ਉਹ ਵੱਡੀ ਹੋ ਕੇ ਬੀਬੀ ਕੁੜੀ ਬਣੇਗੀ, ਸੋਹਣੀ ਹੋਵੇਗੀ ਅਤੇ ਬਹੁਤ ਲਾਇਕ ਬਣੇਗੀ। ਲੀਲਾਹ ਨੱਚਣ ਲੱਗ ਪਈ। ਫਿਰ ਲੇਖਕ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਵੱਲੋਂ ਸਕੂਲ ਦੀ ਰਸੋਈ ਵਿੱਚ ਤਿਆਰ ਕੀਤਾ ਹੋਇਆ ਦੁਪਹਿਰ ਦਾ ਖਾਣਾ ਬਹੁਤ ਸਲੀਕੇ ਨਾਲ ਵਿਛਾਏ ਮੇਜ਼ ਉੱਤੇ ਛੁਰੀਆਂ ਕਾਂਟਿਆਂ ਨਾਲ ਖਵਾਇਆ ਗਿਆ। ਲੇਖਕ ਨੇ ਹਰ ਪਕਵਾਨ ਦੀ ਸਲਾਹਨਾ ਕੀਤੀ। ਸਕੂਲ ਦੀ ਪ੍ਰਿੰਸੀਪਲ ਲੇਖਕ ਨੂੰ ਆਪ ਸਕੂਲ ਦੇ ਫਾਟਕ ਤੱਕ ਛੱਡਣ ਆਈ। ਲੀਲਾਹ ਦਾ ਲੇਖਕ ਨੂੰ ਬਰਫ਼ਬਾਰੀ ਦੇ ਵਿੱਚ ਮਿਲਣਾ। ਕਈ ਹਫ਼ਤੇ ਲੰਘ ਗਏ। ਇੱਕ ਦਿਨ ਲੇਖਕ ਆਪਣੇ ਧਿਆਨ ਤੁਰਿਆ ਜਾ ਰਿਹਾ ਸੀ ਤਾਂ ਪਿੱਛੋਂ ਆ ਕੇ ਲੀਲਾਹ ਨੇ ਉਸਦੀ ਬਾਂਹ ਫੜ ਲਈ। ਉਸ ਦਿਨ ਉਹ ਬਹੁਤ ਬਰਫ਼ ਪੈ ਰਹੀ ਸੀ। ਲੇਖਕ ਨੇ ਲੀਲਾਹ ਨੂੰ ਦੱਸਿਆ ਕਿ ਉਹ 15 ਦਿਨਾਂ ਨੂੰ ਆਪਣੇ ਦੇਸ਼ ਵਾਪਸ ਜਾ ਰਿਹਾ ਹੈ। ਲੀਲਾਹ ਨੇ ਲੇਖਕ ਨੂੰ ਆਪਣੇ ਕੋਲ ਰਹਿਣ ਲਈ ਕਿਹਾ। ਲੇਖਕ ਨੇ ਲੀਲਾਹ ਨੂੰ ਕਿਹਾ ਕਿ ਉਹ ਫੇਰ ਆਵੇਗਾ ਜਦੋਂ ਉਹ ਆਪਣੇ ਸਕੂਲ ਦੀ ਪ੍ਰਿੰਸੀਪਲ ਬਣ ਜਾਵੇਗੀ। ਲੀਲਾਹ ਦਾ ਸਿਰ ਉੱਥੇ ਖਲੋਤਿਆਂ ਬਰਫ਼ ਨਾਲ ਚਿੱਟਾ ਹੋ ਗਿਆ ਸੀ। ਲੇਖਕ ਨੇ ਲੀਲਾਹ ਦਾ ਸਿਰ ਝਾੜਿਆ ਅਤੇ ਆਪਣੇ ਨਾਲ ਘੁੱਟ ਲਿਆ। ਲੀਲਾਹ ਦੇ ਘਰ ਜਾਣਾ। ਅਗਲੇ ਐਤਵਾਰ ਲੇਖਕ ਲੀਲਾਹ ਦੇ ਘਰ ਚਾਹ ਪੀਣ ਗਿਆ। ਲੀਲਾਹ ਦੀ ਮਾਂ ਬੜੇ ਆਦਰ ਨਾਲ ਮਿਲੀ ਅਤੇ ਉਸਦੀ ਖਾਤਰ ਬੜੀ ਖਾਤਰ ਕੀਤੀ ਗਈ। ਲੀਲਾਹ ਨੇ ਆਪਣਾ ਕਮਰਾ ਵਿਖਾਇਆ ਅਤੇ ਖਿਡੌਣੇ ਵਿਖਾਏ। ਵਿਦਾਇਗੀ ਵਾਲੇ ਦਿਨ ਲੀਲਾਹ ਨੇ ਸਟੇਸ਼ਨ ਉੱਤੇ ਆਉਣ ਦੀ ਜਿੱਦ ਕੀਤੀ, ਪਰ ਲੇਖਕ ਨੇ ਕਿਹਾ ਕਿ ਉਸ ਵੇਲੇ ਤਾਂ ਲੀਲਾਹ ਦੇ ਸੌਣ ਦਾ ਸਮਾਂ ਹੋਏਗਾ ਕਿਉਂਕਿ ਉਸਨੇ ਰਾਤ ਦੀ ਗੱਡੀ ਜਾਣਾ ਹੈ। ਲੀਲਾਹ ਲੇਖਕ ਨਾਲ ਚਿੰਬੜ ਗਏ। ਲੇਖਕ ਨੇ ਲੀਲਾਹ ਦੀਆਂ ਅੱਖਾਂ ਚੁੰਮੀਆਂ, ਉਸਦੀਆਂ ਗੱਲਾਂ ਗਿੱਲੀਆਂ ਸਨ। ਲੇਖਕ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਲੇਖਕ ਦਾ ਦਿਲ ਸਹਿਜ ਸੁਭਾਅ ਕਹਿ ਉੱਠਿਆ, ਉਹ ਪ੍ਰੀਤ, ਤੂੰ ਮੁਲਕ ਨਹੀਂ ਵੇਖਦੀ, ਕੌਮ ਨਹੀਂ ਵੇਖਦੀ, ਲਹੂ ਨਹੀਂ ਵੇਖਦੀ, ਉਮਰ ਨਹੀਂ ਵੇਖਦੀ, ਜਿੱਥੇ ਜੀ ਆਵੇ, ਜਿਹਦੇ ਨਾਲ ਜੀ ਆਵੇ, ਆਪਣੀਆਂ ਪੁਸ਼ਪ ਕੜੀਆਂ ਨਾਲ ਤੂੰ ਮੈਨੂੰ ਕੱਸ ਦਿੰਦੀ ਹੈ। ਪੁਸ਼ਪ ਕੜੀਆਂ ਹੁੰਦੀਆਂ ਨਾ ਫੁੱਲਾਂ ਵਰਗੀਆਂ ਕੜੀਆਂ, ਜੰਜੀਰਾਂ। ਤਾਂ ਇਹ ਤਾਂ ਸੀਗਾ ਆਪਣਾ ਇਸਦਾ ਮੇਰੀ ਨੰਨੀ ਲੀਲਾਹ ਨਿਬੰਧ ਦਾ ਸਾਰ, ਅਤੇ ਹੁਣ ਆਪਾਂ ਇਸਦਾ ਵਿਸ਼ਾ ਵਸਤੂ ਪੜ੍ਹਦੇ ਹੈਗੇ ਹਾਂ। ਮੇਰੀ ਨੰਨੀ ਲੀਲਾਹ ਗੁਰਬਖਸ਼ ਸਿੰਘ ਦੀ ਰਚਨਾ ਹੈ, ਜਿਹੜੀ ਉਸਦੀ ਪੁਸਤਕ ਮੇਰੀਆਂ ਭੁੱਲ ਯਾਦਾਂ ਵਿੱਚ ਲਈ ਗਈ ਆ। ਇਸ ਵਿੱਚ ਲੇਖਕ ਨੇ ਅਮਰੀਕਾ ਵਿਖੇ ਰਹਿੰਦਿਆਂ ਇੱਕ ਮਾਸੂਮ ਬੱਚੀ ਲੀਲਾਹ ਦੇ ਆਪਣੇ ਪ੍ਰਤੀ ਸੱਚੇ ਅਤੇ ਸੁੱਚੇ ਪਿਆਰ ਨੂੰ ਵਿਸ਼ੇ ਦੇ ਰੂਪ ਦੇ ਵਿੱਚ ਲਿਆ ਹੈ। ਲੇਖਕ ਆਪਣੇ ਪ੍ਰਤੀ ਅਮਰੀਕਨ ਬੱਚਿਆਂ ਦੀ ਉਤਸੁਕਤਾ ਨੂੰ ਬਿਆਨ ਕਰਦਿਆਂ ਦੱਸਦਾ ਹੈ ਕਿ ਅਮਰੀਕਾ ਦੇ ਸ਼ਹਿਰ ਯੰਗਸਟਾਊਨ ਵਿੱਚ ਰਹਿੰਦਿਆਂ ਜਦੋਂ ਉਹ ਦਫ਼ਤਰੋਂ ਘਰ ਮੁੜਦਾ ਤਾਂ ਬਾਗ ਵਿੱਚ ਖੇਡਦੇ ਬੱਚੇ ਉਸਦੀ ਪੱਗ ਅਤੇ ਦਾੜ੍ਹੀ ਵਾਲੀ ਅਨੋਖੀ ਸੂਰਤ ਨੂੰ ਵੇਖਣ ਦੇ ਲਈ ਉਸਦਾ ਰਾਹ ਵੇਖਦੇ ਰਹਿੰਦੇ ਸਨ।
ਉਸ ਨੂੰ ਦੂਰ ਆਉਂਦਿਆਂ ਵੇਖ ਕੇ ਉਹ ਖੇਡਣਾ ਬੰਦ ਕਰ ਦਿੰਦੇ ਸਨ ਅਤੇ ਆਪਸ ਵਿੱਚ ਗੱਲਾਂ ਕਰਨ ਲੱਗ ਪੈਂਦੇ ਸਨ। ਪਰ ਉਹ ਕਦੀ ਉਹਨਾਂ ਉੱਤੇ ਹੱਸਦੇ ਨਹੀਂ ਸਨ। ਲੇਖ ਦੱਸਦਾ ਹੈ ਕਿ ਬੱਚੇ ਤਾਂ ਕੀ ਬੁੱਢੇ ਵੀ ਉਸ ਵੱਲ ਅੱਖ ਚੁਰਾ ਕੇ ਵੇਖਣ ਨਹੀਂ ਸੀ ਰਹਿ ਸਕਦੇ। ਇੱਕ ਦਿਨ ਲੇਖਕ ਜਦੋਂ ਕੋਲੋਂ ਲੰਘ ਰਿਹਾ ਸੀ ਤਾਂ ਲੀਲਾ ਨਾਂ ਦੀ ਇੱਕ 7-8 ਵਰ੍ਹਿਆਂ ਦੀ ਕੋਮਲ ਜਿਹੀ ਕੁੜੀ ਲੇਖਕ ਨੂੰ ਹੱਥ ਲਾਉਣ ਪਿੱਛੋਂ ਦੌੜ ਗਈ ਅਤੇ ਆਪਣੇ ਸਾਥੀਆਂ ਵਿੱਚ ਜਾ ਮਿਲੀ। ਉਸ 'ਤੇ ਉਹਨਾਂ ਨੂੰ ਕਹਿਣ ਲੱਗੀ ਕਿ ਵੇਖਿਆ, ਉਸਨੇ ਲੇਖਕ ਨੂੰ ਹੱਥ ਲਾ ਦਿੱਤਾ ਹੈ। ਉਸਨੇ ਉਸਨੂੰ ਕੁਝ ਨਹੀਂ ਕਿਹਾ। ਬੱਚੇ ਉਸ ਦੀ ਬਹਾਦਰੀ ਉੱਤੇ ਹੈਰਾਨ ਲੱਗ ਰਹੇ ਸਨ। ਲੇਖਕ ਨੇ ਉਸ ਨਿੱਕੀ ਕੁੜੀ ਨੂੰ ਆਪਣੇ ਕੋਲ ਸੱਦਿਆ ਅਤੇ ਪੁੱਛਿਆ ਕਿ ਬੱਚੇ ਉਸਨੂੰ ਕੀ ਆਖਦੇ ਹਨ। ਨਿੱਕੀ ਕੁੜੀ ਨੇ ਦੱਸਿਆ ਕਿ ਬੱਚੇ ਕਹਿੰਦੇ ਸਨ ਕਿ ਉਹ ਭਾਈ ਬੱਚਿਆਂ ਨੂੰ ਚੁੱਕ ਕੇ ਲੈ ਜਾਂਦਾ ਹੈ ਅਤੇ ਉਸਨੇ ਲੇਖਕ ਨੂੰ ਹੱਥ ਲਾ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਨਹੀਂ ਚੁੱਕਦਾ। ਲੇਖਕ ਨੇ ਉਸ ਲੜਕੀ ਨਾਲ ਜਾ ਕੇ ਸਾਰੇ ਬੱਚਿਆਂ ਨਾਲ ਹੱਥ ਮਿਲਾਇਆ ਅਤੇ ਬੋਝੇ ਵਿੱਚੋਂ ਇੱਕ ਇੱਕ ਪਾਈ ਸਾਰਿਆਂ ਨੂੰ ਦਿੱਤੀ। ਅਮਰੀਕਨ ਬੱਚਿਆਂ ਨੂੰ ਵਿਦੇਸ਼ੀ ਟਿਕਟਾਂ ਅਤੇ ਸਿੱਕਿਆਂ ਦਾ ਬੜਾ ਸ਼ੌਕ ਹੁੰਦਾ ਹੈ। ਇੰਝ ਸਾਰੇ ਬੱਚੇ ਲੇਖਕ ਦੇ ਯਾਰ ਬਣ ਗਏ। ਹੁਣ ਉਹ ਡਰਦੇ ਨਹੀਂ ਸਨ। ਉਹ ਉੱਥੋਂ ਲੰਘਦੇ ਲੇਖਕ ਨੂੰ ਮਿਲਦੇ, ਹੱਥ ਮਿਲਾਉਂਦੇ ਅਤੇ ਹਾਲ ਚਾਲ ਪੁੱਛਦੇ ਰਹਿੰਦੇ ਸਨ। ਇਸ ਤੋਂ ਉਪਰੰਤ ਅਸੀਂ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਜਿਹੜਾ ਹੈ ਬੱਚੇ ਉਸ ਨਾਲ ਖੇਡਦੇ ਹੈਗੇ ਨੇ। ਫਿਰ ਇੱਕ ਦਿਨ ਲਾਇਬ੍ਰੇਰੀ ਆਉਂਦੀ ਹੈ ਨੰਨੀ ਲੀਲਾ ਅਤੇ ਉਹਦੇ ਨਾਲ ਉਸਦੇ ਸਕੂਲ ਦੇ ਮੁੰਡੇ ਕੁੜੀਆਂ ਹੁੰਦੇ ਨੇ ਅਤੇ ਉੱਥੇ ਵੀ ਉਹਦਾ ਬਹੁਤ ਹੀ ਸਤਿਕਾਰ ਕਰਦੇ ਨੇ ਅਤੇ ਉਹਨਾਂ ਦੇ ਫਰੈਂਡ ਬਣ ਜਾਂਦੇ ਨੇ। ਅਤੇ ਇਸ ਤੋਂ ਬਾਅਦ ਜਿਹੜਾ ਹੈ ਲੇਖਕ ਹੈ ਜੋ ਉਹ ਲੀਲਾ ਦੇ ਸਕੂਲ ਵੀ ਜਾਂਦਾ ਹੈ ਕਿਉਂਕਿ ਉਸਦੀ ਪ੍ਰਿੰਸੀਪਲ ਉਸਨੂੰ ਮਿਲਣਾ ਚਾਹੁੰਦੀ ਸੀ। ਅਤੇ ਉੱਥੇ ਉਹ ਘੁੰਮ ਫਿਰ ਕੇ ਸਾਰਾ ਸਕੂਲ ਦੇਖਦਾ ਹੈ, ਲਾਇਬ੍ਰੇਰੀ ਵੇਖਦਾ ਹੈ, ਉਹਨਾਂ ਦਾ ਉੱਥੇ ਭੋਜਨ ਕਰਦਾ ਹੈ ਅਤੇ ਸਾਰੇ ਉਸਦਾ ਬਹੁਤ ਹੀ ਸਤਿਕਾਰ ਕਰਦੇ ਨੇ। ਇਸ ਤੋਂ ਪਿੱਛੋਂ ਲੇਖਕ ਇੱਕ ਦਿਨ ਲੀਲਾ ਦੇ ਘਰ ਵੀ ਜਾਂਦਾ ਹੈ, ਉੱਥੇ ਵੀ ਉਹਦਾ ਬੜਾ ਆਦਰ ਮਾਣ ਕੀਤਾ ਜਾਂਦਾ ਹੈ। ਇਸ ਤੋਂ ਪਿੱਛੋਂ ਜਿਹੜਾ ਹੈ ਲੇਖਕ ਦਾ ਆਪਣੇ ਦੇਸ਼ ਪਰਤ ਆਉਣ ਦਾ ਸਮਾਂ ਹੋ ਜਾਂਦਾ ਹੈ ਅਤੇ ਲੀਲਾ ਚਾਹੁੰਦੀ ਹੈ ਵੀ ਉਹ ਉਸਨੂੰ ਜਿਹੜਾ ਹੈ ਸੀ ਆਫ ਕਰਨ ਲਈ ਆਵੇ, ਪਰ ਲੇਖ ਕਹਿੰਦਾ ਹੈ ਵੀ ਉਸ ਸਮੇਂ ਉਸਦਾ ਸੌਣ ਦਾ ਸਮਾਂ ਹੋਵੇਗਾ। ਅਤੇ ਇਸ ਤਰ੍ਹਾਂ ਲੇਖਕ ਮਹਿਸੂਸ ਕਰਦਾ ਹੈ ਕਿ ਜਿਹੜੀ ਇਹ ਪ੍ਰੀਤ ਹੈ ਉਹ ਉਮਰ ਨਹੀਂ ਦੇਖਦੀ, ਕੌਮ ਨਹੀਂ ਦੇਖਦੀ, ਇਹ ਕਿਸੇ ਨੂੰ ਵੀ ਆਪਣੀ ਜਿਹੜੀ ਹੈ ਫੁੱਲਾਂ ਵਰਗੀਆਂ ਜੰਜੀਰਾਂ ਵਿੱਚ ਜਕੜ ਲੈਂਦੀ ਹੈ। ਇਸ ਪ੍ਰਕਾਰ ਲੇਖ ਦਾ ਵਿਸ਼ਾ ਇੱਕ ਵਿਦੇਸ਼ੀ ਬੱਚੀ ਦਾ ਲੇਖਕ ਨਾਲ ਸਨੇਹ ਅਤੇ ਪਿਆਰ ਹੈ, ਜਿਸ ਨੂੰ ਪੇਸ਼ ਕਰਨ ਲਈ ਲੇਖਕ ਹੋਰਾਂ ਅਮਰੀਕੀ ਬੱਚਿਆਂ, ਅਧਿਆਪਕਾਵਾਂ ਅਤੇ ਲੋਕਾਂ ਦੀ ਇੱਕ ਵਿਦੇਸ਼ੀ ਦੇ ਰੂਪ ਦੇ ਵਿੱਚ ਆਪਣੇ ਵਿੱਚ ਦਿਲਚਸਪੀ ਅਤੇ ਪ੍ਰੇਮ ਨੂੰ ਸਹਾਇਕ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸਾਨੂੰ ਅਮਰੀਕਾ ਵਿਚਲੇ ਬੱਚਿਆਂ ਦੇ ਸਕੂਲ ਦੇ ਵਾਤਾਵਰਨ ਅਤੇ ਉੱਥੋਂ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤਾਂ ਅਗਲਾ ਪ੍ਰਸ਼ਨ ਹੈ, ਮੇਰੀ ਨੰਨੀ ਲੀਲਾ ਨਿਬੰਧ ਦੀ ਸਾਹਿਤਕ ਦ੍ਰਿਸ਼ਟੀਕੋਣ ਤੋਂ ਪਰਖ ਜਾਂ ਆਲੋਚਨਾ। ਬੇਟੇ ਜਿਹੜਾ ਇਹ ਪ੍ਰਸ਼ਨ ਹੈਗਾ ਤੁਹਾਨੂੰ ਵੈਸੇ ਐਗਜ਼ਾਮ ਦੇ ਵਿੱਚ ਆਹੀ ਪ੍ਰਸ਼ਨ ਆਉਂਦਾ ਮੁੱਖ ਤੌਰ 'ਤੇ, ਅਤੇ ਅਸੀਂ ਸਾਰ ਜਾਂ ਵਿਸ਼ਾ ਤਾਂ ਸਿਰਫ ਇਸ ਲਈ ਪੜ੍ਹਦੇ ਹੈਗੇ ਹਾਂ ਵੀ ਤਾਂ ਕਿ ਸਾਨੂੰ ਉਹਦੇ ਨਾਲ ਜਾਣ ਪਛਾਣ ਹੋ ਜਾਵੇ, ਸਾਨੂੰ ਪਤਾ ਲੱਗੇ ਵੀ ਲੇਖਕ ਵਿੱਚ ਹੈਗਾ ਕੀ। ਤਾਂ ਮੇਰੀ ਨੰਨੀ ਲੀਲਾ ਨਿਬੰਧ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਇਹ ਇੱਕ ਸੰਸਮਰਣ ਹੈ ਜਿਸ ਨੂੰ ਨਿਬੰਧ ਦਾ ਰੂਪ ਦਿੱਤਾ ਹੈ। ਸੰਸਮਰਣ ਹੁੰਦਾ ਇੱਕ ਯਾਦ। ਇਹ ਨਿਬੰਧ ਉਸਦੀ ਪੁਸਤਕ ਮੇਰੀਆਂ ਭੁੱਲ ਯਾਦਾਂ ਵਿੱਚ ਲਈ ਗਈ ਹੈ। ਵਿਸ਼ਾ ਵਸਤੂ, ਇਸ ਨਿਬੰਧ ਦਾ ਵਿਸ਼ਾ ਅਮਰੀਕਾ ਦੇ ਸ਼ਹਿਰ ਯੰਗਸਟਾਊਨ ਵਿੱਚ ਨੰਨੀ ਅਮਰੀਕਨ ਕੁੜੀ ਲੀਲਾ ਦਾ ਨਿਬੰਧਕਾਰ ਪ੍ਰਤੀ ਸੱਚਾ ਅਤੇ ਸੁੱਚਾ ਪਿਆਰ ਹੈ, ਜਿਸ ਤੋਂ ਨਿਬੰਧਕਾਰ ਨੂੰ ਅਨੁਭਵ ਹੁੰਦਾ ਹੈ ਕਿ ਪ੍ਰੀਤ ਇੱਕ ਅਜਿਹੀ ਚੀਜ਼ ਹੈ ਜਿਹੜੀ ਦੇਸ਼, ਕੌਮ, ਨਸਲ ਜਾਂ ਉਮਰ ਨਹੀਂ ਵੇਖਦੀ, ਸਗੋਂ ਜਿਸ ਨਾਲ ਵੀ ਜੀ ਆਵੇ ਉਸ ਨਾਲ ਆਪਣੀਆਂ ਗੰਢਾਂ ਪਾ ਲੈਂਦੀ ਹੈ। ਇਸ ਦੇ ਨਾਲ ਹੀ ਨਿਬੰਧਕਾਰ ਇਹ ਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਅਮਰੀਕਾ ਦੇ 800,000 ਦੀ ਆਬਾਦੀ ਵਾਲੇ ਉਸ ਸ਼ਹਿਰ ਵਿੱਚ ਉਹ ਇਕੱਲਾ ਹੀ ਪਗੜੀ ਧਾਰੀ ਸੀ, ਜਿਸ ਨੂੰ ਦੇਖ ਕੇ ਬੱਚੇ ਹੈਰਾਨ ਹੁੰਦੇ ਅਤੇ ਡਰਦੇ ਸੀ। ਉਹ ਉਸਨੂੰ ਬੱਚੇ ਚੁੱਕਣ ਵਾਲਾ ਸਮਝਦੇ ਸਨ, ਪਰ ਉਹਨਾਂ ਵਿੱਚੋਂ ਇੱਕ ਦਲੇਰ ਕੁੜੀ ਲੀਲਾ ਨੇ ਉਸਨੂੰ ਹੱਥ ਲਾ ਕੇ ਬਾਕੀਆਂ ਨੂੰ ਇਹ ਦੱਸਿਆ ਕਿ ਉਹ ਬੱਚੇ ਚੁੱਕਣ ਵਾਲਾ ਨਹੀਂ, ਸਗੋਂ ਪਿਆਰ ਕਰਨ ਵਾਲਾ ਇਨਸਾਨ ਹੈ। ਫਿਰ ਉਹ ਉਸਦੇ ਸਕੂਲ ਜਾਂਦਾ ਹੈ ਜਿੱਥੇ ਪ੍ਰਿੰਸੀਪਲ ਅਤੇ ਹੋਰ ਅਧਿਆਪਕਾਵਾਂ ਉਸਦੀ ਆਓ ਭਗਤ ਕਰਦੀਆਂ ਨੇ, ਉਸਨੂੰ ਬੱਚਿਆਂ ਨਾਲ ਮਿਲਾਉਂਦੀਆਂ ਨੇ ਅਤੇ ਖਾਣਾ ਖਵਾਉਂਦੀਆਂ ਨੇ। ਨਿਬੰਧਕਾਰ ਇਹ ਵੀ ਸਪਸ਼ਟ ਕਰਦਾ ਹੈ ਕਿ ਉਹ
ਉੱਥੋਂ ਦੇ ਬੱਚੇ ਭਾਰਤੀਆਂ ਨੂੰ ਹੱਥ ਵੇਖਣ ਵਾਲੇ ਅਤੇ ਸੱਪ ਪਾਲਣ ਵਾਲੇ ਹੀ ਸਮਝਦੇ ਹਨ। ਬੱਚੇ ਉਸਦੇ ਦੇਸ਼ ਬਾਰੇ ਅਤੇ ਹਿਮਾਲਾ ਪਰਬਤ ਬਾਰੇ ਜਾਣਨ ਵਿੱਚ ਉਤਸੁਕਤਾ ਦਿਖਾਉਂਦੇ ਨੇ। ਫਿਰ ਲੀਲਾਹਾ ਉਸਨੂੰ ਆਪਣਾ ਘਰ ਲਿਜਾ ਕੇ ਆਪਣਾ ਕਮਰਾ, ਕਿਤਾਬਾਂ ਅਤੇ ਖਿਡੌਣੇ ਗੁੱਡੀਆਂ ਵੀ ਦਿਖਾਉਂਦੀ ਹੈ। ਉਹ ਉਸ ਤੋਂ ਵਿਛੜਨਾ ਨਹੀਂ ਚਾਹੁੰਦੀ ਅਤੇ ਉਸਨੂੰ ਵਿਦਾਇਗੀ ਦੇਣ ਲਈ ਸਟੇਸ਼ਨ ਉੱਤੇ ਜਾਣਾ ਚਾਹੁੰਦੀ ਸੀ। ਅੰਤ ਨਿਬੰਧਕਾਰ ਉਸਨੂੰ ਪਿਆਰ ਕਰਦਾ ਹੈ ਅਤੇ ਦੋਵੇਂ ਅੱਥਰੂਆਂ ਭਰੀਆਂ ਅੱਖਾਂ ਨਾਲ ਇੱਕ ਦੂਜੇ ਤੋਂ ਵੱਖ ਹੁੰਦੇ ਨੇ। ਇਸ ਸਮੇਂ ਨਿਬੰਧਕਾਰ ਨੂੰ ਅਨੁਭਵ ਹੁੰਦਾ ਹੈ ਕਿ ਪ੍ਰੀਤ ਅਜਿਹੀ ਚੀਜ਼ ਹੈ ਜੋ ਦੇਸ਼, ਕੌਮ, ਨਸਲ ਜਾਂ ਉਮਰ ਨਹੀਂ ਵੇਖਦੀ, ਸਗੋਂ ਜਿਸ ਦੇ ਨਾਲ ਵੀ ਜੀ ਆਵੇ ਉੱਥੇ ਉਸ ਨਾਲ ਆਪਣੀ ਗੰਢ ਪਾ ਲੈਂਦੀ ਹੈ। ਨਿਬੰਧ ਦਾ ਇਹ ਵਿਸ਼ਾ ਮੌਲਿਕ, ਮਾਨਵਵਾਦੀ ਅਤੇ ਬਾਲ ਪਿਆਰ ਦੇ ਨਾਲ ਭਰਪੂਰ ਹੈਗਾ। ਹੁਣ ਇਸ ਦਾ ਉਦੇਸ਼ ਦੱਸਣਾ ਆਪਾਂ ਨੇ। ਇਸ ਨਿਬੰਧ ਦਾ ਉਦੇਸ਼ ਨਿਬੰਧਕਾਰ ਦੁਆਰਾ ਆਪਣੇ ਨਿੱਜੀ ਅਨੁਭਵ ਦੇ ਆਧਾਰ 'ਤੇ ਇਹ ਸੁਨੇਹਾ ਦੇਣਾ ਹੈ ਕਿ ਪ੍ਰੀਤ ਦੀ ਜਿਹੜੀ ਭਾਵਨਾ ਹੈ ਉਹ ਦੇਸ਼, ਕੌਮ, ਨਸਲ ਜਾਂ ਉਮਰ ਨਹੀਂ ਦੇਖਦੀ, ਸਗੋਂ ਜਿਸ ਉੱਤੇ ਵੀ ਦਿਲ ਆਵੇ ਇਸ ਨਾਲ ਗੰਢ ਪਾ ਲੈਂਦੀ ਹੈ। ਅਤੇ ਨਿਬੰਧ ਦਾ ਇਹ ਉਦੇਸ਼ ਮਾਨਵੀ ਪਿਆਰ ਦਾ ਇੱਕ ਸੁਨੇਹਾ ਦੇਣਾ ਅਤੇ ਇਹ ਵਿਸ਼ਾ ਬੜਾ ਰਚਨਾਤਮਕ ਹੈ। ਉਦੇਸ਼ ਆਦਿ, ਮੱਧ ਅਤੇ ਅੰਤ। ਇਹ ਨਿਬੰਧ ਇੱਕ ਕਹਾਣੀ ਵਰਗਾ ਹੈ। ਇਸ ਦਾ ਆਰੰਭ ਝਟਪਟਾ ਹੈ ਜੋ ਸਾਨੂੰ ਇੱਕਦਮ ਅਮਰੀਕਾ ਦੇ ਸ਼ਹਿਰ ਯੰਗਸਟਾਊਨ ਵਿੱਚ ਇੱਕ ਘਰ ਦੇ ਸਾਹਮਣੇ ਖੇਡਦੇ ਬੱਚਿਆਂ ਕੋਲ ਲੈ ਜਾਂਦਾ ਹੈ, ਜੋ ਪੱਗ ਦਾੜੀ ਵਾਲੇ ਨਿਬੰਧਕਾਰ ਵੱਲ ਹੈਰਾਨੀ ਨਾਲ ਵੇਖਦੇ ਰਹਿੰਦੇ ਹਨ। ਇਸ ਦੇ ਨਾਲ ਹੀ ਨਿਬੰਧ ਆਪਣੇ ਮੱਧ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਲੀਲਾਹ ਦੇ ਨਿਬੰਧਕਾਰ ਨਾਲ ਨੇੜਤਾ ਅਤੇ ਪਿਆਰ ਸੰਬੰਧ ਪੈਦਾ ਕਰਨ ਨਾਲ ਇਸ ਵਿਚਲਾ ਬਿਰਤਾਂਤ ਅੱਗੇ ਤੁਰ ਪੈਂਦਾ ਹੈ। ਫਿਰ ਨਿਬੰਧਕਾਰ ਅਤੇ ਲੀਲਾਹ ਦੀ ਗੱਲਬਾਤ ਹੁੰਦੀ ਹੈ। ਨਿਬੰਧਕਾਰ ਬਾਕੀ ਬੱਚਿਆਂ ਨੂੰ ਮਿਲਦਾ ਹੈ, ਦੋ ਕੁ ਹਫ਼ਤੇ ਮਗਰੋਂ ਲੀਲਾਹ ਉਸ ਨੂੰ ਲਾਇਬ੍ਰੇਰੀ ਵਿੱਚ ਮਿਲਦੀ ਹੈ। ਉਹ ਬਾਕੀ ਬੱਚਿਆਂ ਨਾਲ ਸਾਥੀਆਂ ਨਾਲ ਨਿਬੰਧਕਾਰ ਦੀ ਜਾਣ ਪਛਾਣ ਕਰਵਾਉਂਦੀ ਹੈ। ਉਸਦੀ ਇੱਛਾ ਅਨੁਸਾਰ ਉਹ ਉਸਦੇ ਸਕੂਲ ਜਾਂਦਾ ਹੈ, ਜਿੱਥੇ ਪ੍ਰਿੰਸੀਪਲ ਅਤੇ ਹੋਰ ਸਾਧਣੀਆਂ ਉਸਦੀ ਆਓ ਭਗਤ ਕਰਦੀਆਂ ਹਨ। ਉਸਨੂੰ ਖਾਣਾ ਖੁਆਇਆ ਜਾਂਦਾ ਹੈ। ਫਿਰ ਇੱਕ ਦਿਨ ਠੰਡੇ ਅਤੇ ਬਰਫੀਲੇ ਮੌਸਮ ਵਿੱਚ ਲੀਲਾਹ ਉਸਨੂੰ ਮਿਲਦੀ ਹੈ। ਨਿਬੰਧਕਾਰ ਉਸਦੇ ਘਰ ਜਾਂਦਾ ਹੈ, ਲੀਲਾਹ ਉਸ ਤੋਂ ਵਿਛੜਨ ਨਹੀਂ ਚਾਹੁੰਦੀ। ਅੰਤ, ਦੋਵੇਂ ਅੱਥਰੂਆਂ ਭਰੀਆਂ ਅੱਖਾਂ ਨਾਲ ਵਿਦਾ ਹੁੰਦੇ ਨੇ। ਕਹਾਣੀ ਨੁਮਾ ਇਸ ਨਿਬੰਧ ਦਾ ਅੰਤ ਦੁੱਖਮਈ ਹੈ, ਪਰੰਤੂ ਨਿਬੰਧਕਾਰ ਪ੍ਰੀਤ ਦੇ ਚਰਿੱਤਰ ਸੰਬੰਧੀ ਆਪਣੇ ਅਨੁਭਵ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਲਿਖ ਕੇ ਪਾਠਕਾਂ ਦੇ ਮਨ ਉੱਤੇ ਡੂੰਘਾ ਸੁਖਾਂਤਕ ਅਤੇ ਮਾਨਵਵਾਦੀ ਪ੍ਰਭਾਵ ਪਾਉਂਦਾ ਹੈ। ਸ਼ੈਲੀ, ਇਸ ਨਿਬੰਧ ਦੀ ਸ਼ੈਲੀ ਵਰਣਨੀ ਵੀ ਹੈ, ਬਿਆਨੀਆਂ ਵੀ ਹੈ ਅਤੇ ਨਾਟਕੀ ਵੀ ਹੈ। ਇਹ ਇੱਕ ਸੰਸਮਰਣ ਭਾਵ ਯਾਦ ਹੈ। ਸ਼ੈਲੀ ਵਿੱਚ ਗੁਰਬਖਸ਼ ਸਿੰਘ ਦੀ ਸ਼ਬਦਾਂ ਦੀ ਯਾਦੂਗਰੀ ਭਰੀ ਹੋਈ ਹੈ। ਸ਼ੈਲੀ ਸਰਲ, ਸਪਸ਼ਟ, ਰੌਚਕ ਅਤੇ ਸੁਆਦਲੀ ਹੈ। ਭਾਸ਼ਾ, ਇਸ ਨਿਬੰਧ ਦੀ ਭਾਸ਼ਾ ਕੇਂਦਰੀ ਪੰਜਾਬੀ ਹੈ। ਠੇਠਤਾ ਅਤੇ ਸਰਲਤਾ ਇਸ ਦੇ ਵਿਸ਼ੇਸ਼ ਗੁਣ ਹਨ। ਸ਼ਬਦ ਜੋੜਨ 'ਚ ਢੁੱਕਵੀਂ ਅਤੇ ਭਾਵਾਂ ਦੇ ਅਨੁਕੂਲ ਹੈ। ਨਿਬੰਧਕਾਰ ਨੇ ਆਪਣੇ ਭਾਵਾਂ ਦੇ ਪ੍ਰਗਟਾਵੇ ਲਈ ਉਰਦੂ, ਫਾਰਸੀ ਅਤੇ ਅੰਗਰੇਜ਼ੀ ਦੇ ਪ੍ਰਚਲਿਤ ਸ਼ਬਦਾਂ ਦੀ ਸੁਚੱਜਤਾ ਦੇ ਨਾਲ ਵਰਤੋਂ ਕੀਤੀ ਹੈ। ਕਿਧਰੇ ਕਿਤੇ ਹਿੰਦੀ, ਸੰਸਕ੍ਰਿਤ ਦੇ ਢੁੱਕਵੇਂ ਸ਼ਬਦ ਵੀ ਮੌਜੂਦ ਹਨ, ਜਿਵੇਂ ਉਰਦੂ ਭਾਸ਼ਾ ਦੇ ਸ਼ਬਦ ਨੇ ਚਮਨ, ਉਸਤਾਦਨੀ, ਹਸਰਤ, ਤਾਰੀਖ, ਹੁਨਰ ਆਦਿ। ਅੰਗਰੇਜ਼ੀ ਭਾਸ਼ਾ ਲਾਇਬ੍ਰੇਰੀ, ਅਲਮਾਰੀ, ਸਕੂਲ, ਕੈਂਪ, ਟਿਕਟਾਂ, ਕਿੰਡਰਗਾਰਡਨ, ਪ੍ਰਾਇਮਰੀ, ਪ੍ਰਿੰਸੀਪਲ, ਲੈਕਚਰ, ਸਟੇਸ਼ਨ ਆਦਿ। ਹਿੰਦੀ ਸੰਸਕ੍ਰਿਤ ਦੇ ਸ਼ਬਦ ਨੇ ਅਨੋਖੀ, ਮਿੱਤਰ, ਪੁਸ਼ਪ, ਪ੍ਰੀਤ ਆਦਿ। ਇਸ ਤੋਂ ਇਲਾਵਾ ਇਸ ਨਿਬੰਧ ਵਿੱਚ ਮੁਹਾਵਰਿਆਂ ਦੀ ਢੁੱਕਵੀਂ ਵਰਤੋਂ ਵੀ ਇਸਦੀ ਭਾਸ਼ਾ ਵਿੱਚ ਖੂਬ ਰਸ ਪੈਦਾ ਕਰਦੀ ਹੈ, ਜਿਵੇਂ ਅੱਖ ਚੁਰਾ ਕੇ ਵੇਖਣਾ, ਨਜ਼ਰ ਭਰ ਕੇ ਵੇਖਣਾ, ਫੁੱਲੇ ਨਾ ਸਮਾਉਣਾ ਆਦਿ। ਤਾਂ ਅੱਗੇ ਹੈਗੇ ਨੇ ਵਾਕ ਅਤੇ ਪੈਰੇ। ਇਹ ਰਚਨਾ ਸੁੰਦਰ ਅਤੇ ਭਾਵਪੂਰਤ ਵਾਕਾਂ ਨਾਲ ਉਸਾਰੀ ਗਈ ਹੈ। ਇਸ ਵਿੱਚ ਬਹੁਤੇ ਵਾਕ ਵਾਰਤਾਲਾਪ ਨੇ ਜੋ ਇਸ ਵਿੱਚ ਨਾਟਕ ਦਾ ਰਸ ਪੈਦਾ ਕਰਦੇ ਨੇ। ਵਾਕਾਂ ਵਿੱਚ ਛੋਟੇ ਛੋਟੇ ਪੈਰੇ ਉਸਾਰੇ ਗਏ ਨੇ। ਅਲੰਕਾਰ, ਇਸ ਵਿੱਚ ਅਲੰਕਾਰਾਂ ਦੀ ਵਰਤੋਂ ਲਈ ਕੋਈ ਉਚੇਚ ਨਹੀਂ ਵਰਤੀ ਗਈ, ਇਸੇ ਕਰਕੇ ਇਸ ਵਿੱਚ ਕੁਝ ਜਿਹੜੇ ਹੈਗੇ ਨੇ ਸ਼ਬਦ ਅਤੇ ਅਰਥ ਅਲੰਕਾਰਾਂ ਦਾ ਸੁੱਤੇ ਸੁੱਤੇ ਪ੍ਰਯੋਗ ਹੋਇਆ ਹੈ, ਜਿਵੇਂ ਦੇ ਦੇਸ਼ ਦੀਆਂ, ਮੇਰੇ ਮਿੱਤਰ ਮਿਸਟਰ, ਸਾਡੇ ਸਕੂਲ ਕਸੀਦਾ, ਕਮਰਾ, ਸਿਆਲ ਸੂਰਜ, ਕਾਲੀਆਂ ਕੁੜੀਆਂ ਕਈ, ਜੀ ਤੁਹਾਡੇ ਘਰ ਉੱਤੇ ਸਾਡੇ ਘਰ ਵਾਂਗ ਚੰਨ ਚੜ੍ਹਦਾ ਹੈ। ਤਾਂ ਇਹ ਉਪਮਾ ਅਲੰਕਾਰ ਹੈ, ਇਹਦੇ ਵਿੱਚ ਅਨੁਪ੍ਰਾਸ ਜਿਹੜਾ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ।
ਸ਼ਬਦ ਚਿੱਤਰ। ਨਿਬੰਧਕਾਰ ਨੇ ਦੇਸ਼ ਕਾਲ ਵਾਤਾਵਰਣ ਦੇ ਅਤੇ ਪਾਤਰ ਚਿੱਤਰਨ ਲਈ ਬਹੁਤ ਸਾਰੇ ਸ਼ਬਦ ਚਿੱਤਰ ਵੀ ਜਿਹੜੇ ਹੈਗੇ ਨੇ ਲਿਖੇ ਪੇਸ਼ ਕੀਤੇ ਨੇ, ਜੋ ਬੜੇ ਸਜੀਵ ਅਤੇ ਰੌਚਕ ਭਾਵ ਅਤੇ ਭਾਵਪੂਰਕ ਹਨ। ਜਿਵੇਂ ਲੀਲਾ ਨੱਚਣ ਲੱਗ ਪਈ, ਪ੍ਰਿੰਸੀਪਲ ਸਾਰਿਆਂ ਬੱਚਿਆਂ ਨੂੰ ਤੋਰ ਕੇ ਮੈਨੂੰ ਰਸੋਈ ਵਿੱਚ ਲੈ ਗਏ, ਜਿੱਥੇ ਪੰਜਵੀਂ ਜਮਾਤ ਦੀਆਂ ਕੁੜੀਆਂ ਨੇ ਮੇਰੇ ਲਈ ਦੁਪਹਿਰ ਦੀ ਰੋਟੀ ਤਿਆਰ ਕੀਤੀ ਸੀ। ਕੁੜੀਆਂ ਨੇ ਆਪ ਸਭ ਕੁਝ ਬੜੇ ਸਲੀਕੇ ਨਾਲ ਪਕਾਇਆ ਸੀ, ਮੇਜ਼ ਵਿਛਾਇਆ ਸੀ, ਛੁਰੀਆਂ ਕਾਂਟੇ ਜੋੜੇ ਸਨ ਬੜੇ ਸਲੀਕੇ ਨਾਲ, ਚੁੱਪ ਚਾਪ ਮਲਕੜੇ ਤੁਰਦੀਆਂ ਨੇ ਰੋਟੀ ਖੁਆਈ। ਚਰਿੱਤਰ ਚਿਤਰਨ। ਇਸ ਨਿਬੰਧ ਦਾ ਸੰਬੰਧ ਸੰਸਮਰਨ ਨਾਲ ਹੋਣ ਕਰਕੇ ਇਸ ਵਿੱਚ ਲੀਲਾ ਅਤੇ ਉਸਦੇ ਸਾਥੀ ਬੱਚਿਆਂ, ਪ੍ਰਿੰਸੀਪਲ ਅਤੇ ਲੀਲਾ ਦੀ ਮਾਂ ਦੇ ਚਰਿੱਤਰ ਵੀ ਉਗੜੇ ਦਿਖਾਈ ਦਿੰਦੇ ਹਨ। ਚਰਿੱਤਰ ਚਿਤਰਨ ਦੇ ਆਪਣੇ ਬਿਆਨ ਵੀ ਨਿਬੰਧਕਾਰ ਦੇ ਆਪਣੇ ਬਿਆਨ ਦੇ ਨਾਲ ਵੀ ਉਗੜੇ ਹਨ ਅਤੇ ਵਾਰਤਾ ਪਾਤਰਾਂ ਦੀ ਵਾਰਤਾਲਾਪ ਰਾਹੀਂ ਜਿਹੜੀ ਆਹ ਲਾਈਨ ਹੈ, ਇਹ ਆਪਾਂ ਤਕਰੀਬਨ ਹਰੇਕ ਨਿਬੰਧ ਵਿੱਚ ਲਿਖਦੇ ਹਾਂ ਵੀ ਜਿਹੜੇ ਪਾਤਰ ਚਿਤਰਨ ਨੂੰ ਜਿਹੜਾ ਹੈ ਚਿਤਰਨ ਦੇ ਲਈ ਜਿਹੜਾ ਨਿਬੰਧਕਾਰ ਹੈ ਆਪਣੇ ਸ਼ਬਦਾਂ ਦੀ ਵਰਤੋਂ ਕਰਦਾ ਅਤੇ ਵਾਰਤਾਲਾਪਾਂ ਰਾਹੀਂ ਵੀ ਪਾਤਰ ਚਿਤਰਨ ਹੁਣ ਸਾਡੇ ਸਾਹਮਣੇ ਆਉਂਦਾ ਹੈ। ਜਿਵੇਂ ਪ੍ਰਿੰਸੀਪਲ ਅੱਗੋਂ ਉੱਠ ਕੇ ਮਿਲੀ, 30-35 ਵਰ੍ਹੇ ਦੀ ਸੁੱਗੜ ਕੁਆਰੀ ਇਸਤਰੀ, ਸੋਹਣੀ ਵਿਦਵਾਨ, ਮਿੱਠ ਬੋਲੜੀ, ਸਬਰ ਭਰੀ ਸੂਰਤ ਵਾਲੀ ਨੇ ਮੈਨੂੰ ਬਹਾਲਿਆ, ਖੁਸ਼ੀ ਪ੍ਰਗਟ ਕੀਤੀ, ਧੰਨਵਾਦ ਕੀਤਾ। ਬੱਚੇ ਕੀ ਆਖਦੇ ਹਨ? ਜੀ ਉਹ ਆਖਦੇ ਹਨ ਕਿ ਇਹ ਭਾਈ ਬਾਲਾਂ ਨੂੰ ਚੁੱਕ ਲਿਜਾਂਦਾ ਹੈ। ਅਤੇ ਤੂੰ ਕੀ ਆਹਨੀ ਸੈਂ? ਮੈਂ ਆਹਦੀ ਸਾਂ, ਇਹ ਨਹੀਂ ਚੁੱਕ ਸਕਦਾ, ਮੈਂ ਹੱਥ ਲਾ ਕੇ ਦੱਸ ਦਿਆਂਗੀ। ਇਸ ਪ੍ਰਕਾਰ ਇਹ ਨਿਬੰਧ ਕਲਾ ਗੁਣਾਂ ਨਾਲ ਭਰਪੂਰ ਇੱਕ ਵਧੀਆ ਸੰਸਮਰਨ ਹੈ। ਇਸ ਵਿੱਚ ਨਿਬੰਧ ਦੇ ਨਾਲ ਨਾਲ ਇੱਕ ਸੋਹਣੀ ਚੰਗੀ ਕਹਾਣੀ ਵਾਲੇ ਗੁਣ ਵੀ ਹੈਗੇ ਨੇ। ਹੁਣ ਆਪਾਂ ਕਰਨੇ ਹੈਗੇ ਨੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਲੇਖਕ ਅਨੁਸਾਰ ਬੱਚੇ ਉਸਨੂੰ ਦੂਰੋਂ ਆਉਂਦਾ ਵੇਖ ਕੇ ਖੇਡਣਾ ਕਿਉਂ ਬੰਦ ਕਰ ਦਿੱਤੇ ਸਨ? ਲੇਖਕ ਅਨੁਸਾਰ ਉਸਦੀ ਪੱਗ ਅਤੇ ਦਾੜ੍ਹੀ ਵਾਲੀ ਅਨੋਖੀ ਸੂਰਤ ਨੂੰ ਵੇਖ ਕੇ ਬੱਚੇ ਖੇਡਣਾ ਬੰਦ ਕਰ ਦਿੰਦੇ ਸਨ। ਮੇਰੀ ਨੰਨੀ ਲੀਲਾਹ ਸੰਸਮਰਨ ਜਾਂ ਦਾ ਘਟਨਾ ਸਥਾਨ ਕਿਹੜਾ ਹੈ? ਇਸ ਸੰਸਮਰਨ ਦਾ ਘਟਨਾ ਸਥਾਨ ਅਮਰੀਕਾ ਦਾ ਸ਼ਹਿਰ ਯੰਗਸਟਾਊਨ ਹੈ। ਨੰਨੀ ਲੀਲਾਹ ਨੇ ਲੇਖਕ ਨੂੰ ਹੱਥ ਕਿਉਂ ਲਾਇਆ ਸੀ? ਨੰਨੀ ਲੀਲਾਹ ਨੇ ਲੇਖਕ ਨੂੰ ਇਸ ਕਰਕੇ ਹੱਥ ਲਾਇਆ ਸੀ ਕਿਉਂਕਿ ਬਾਕੀ ਬੱਚੇ ਉਸਦੀ ਪੱਗ ਦਾੜ੍ਹੀ ਵਾਲੀ ਅਨੋਖੀ ਸੂਰਤ ਵੇਖ ਕੇ ਸਮਝਦੇ ਸਨ ਕਿ ਉਹ ਬੱਚਿਆਂ ਨੂੰ ਚੁੱਕ ਲਿਜਾਂਦਾ ਹੈ ਅਤੇ ਉਸ ਤੋਂ ਡਰ ਕੇ ਖੇਡਣਾ ਬੰਦ ਕਰ ਦਿੰਦੇ ਸਨ। ਪਰ ਲੀਲਾਹ ਦੇ ਹੌਸਲੇ ਨਾਲ ਲੇਖਕ ਨੂੰ ਹੱਥ ਲਾ ਕੇ ਬਾਕੀ ਬੱਚਿਆਂ ਦੇ ਸਾਹਮਣੇ ਇਹ ਸਪਸ਼ਟ ਕੀਤਾ ਕਿ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ। ਅਗਲਾ ਪ੍ਰਸ਼ਨ, ਅਮਰੀਕਨ ਬੱਚਿਆਂ ਨੂੰ ਕਿਸ ਚੀਜ਼ ਦਾ ਸ਼ੌਕ ਹੁੰਦਾ ਹੈ? ਲੀਲਾਹ ਦੇ ਸਾਥੀ ਬੱਚਿਆਂ ਦੇ ਨਾਂ ਦੱਸੋ। ਅਮਰੀਕਨ ਬੱਚਿਆਂ ਨੂੰ ਵਿਦੇਸ਼ੀ ਟਿਕਟਾਂ ਅਤੇ ਸਿੱਕਿਆਂ ਦਾ ਸ਼ੌਕ ਲੋਭ ਹੁੰਦਾ ਹੈ। ਪਾਲ, ਰਿਚੀ, ਸ਼ਾਮ, ਜੀਨ, ਵਿੱਲੀ, ਲੀਲਾਹ ਅਤੇ ਸਾਥੀ ਬੱਚੇ ਦੇ ਲੀਲਾਹ ਦੇ ਸਾਥੀ ਬੱਚੇ ਸਨ। ਮਤਲਬ ਉਹਨਾਂ ਦੇ ਨਾਂ ਕਿਸੇ ਨੇ ਪਾਲ ਸੀਗਾ, ਰਿਚੀ ਸੀਗੀ, ਸ਼ਾਮ ਸੀਗਾ, ਜੀਨ ਅਤੇ ਵਿੱਲੀ। ਠੀਕ ਹੈ। ਲੀਲਾਹ ਦਾ ਸਕੂਲ ਕਿਹੋ ਜਿਹਾ ਸੀ? ਲੀਲਾਹ ਦਾ ਸਕੂਲ ਪ੍ਰਾਇਮਰੀ ਤੱਕ ਸੀ। ਇਹ ਸਾਫ਼ ਸੁਥਰਾ ਸੀ ਅਤੇ ਇਸ ਵਿੱਚ ਹਰੇ ਭਰੇ ਬਾਗ ਵਿੱਚ ਪੰਘੂੜਿਆਂ ਅਤੇ ਪੀਂਘਾਂ ਉੱਤੇ ਬੱਚੇ ਝੂਟ ਰਹੇ ਸਨ ਅਤੇ ਕੋਈ ਰੱਸਾ ਟੱਪ ਰਿਹਾ ਸੀ, ਕੋਈ ਕਿੱਕਲੀ ਪਾ ਰਿਹਾ ਸੀ ਅਤੇ ਦੋ ਉਸਤਾਦੀਆਂ ਬੱਚਿਆਂ ਨਾਲ ਖੇਡ ਰਹੀਆਂ ਸਨ। ਅਗਲਾ ਪ੍ਰਸ਼ਨ, ਲੀਲਾਹ ਦੀ ਸਕੂਲ ਦੀ ਪ੍ਰਿੰਸੀਪਲ ਕਿਹੋ ਜਿਹੀ ਸੀ? ਉਸਨੇ ਲੇਖਕ ਨੂੰ ਕੀ ਕੁਝ ਦਿਖਾਇਆ? ਲੀਲਾਹ ਦੇ ਸਕੂਲ ਦੀ ਪ੍ਰਿੰਸੀਪਲ ਬੜੀ ਸੋਹਣੀ, ਵਿਦਵਾਨ, ਮਿੱਠ ਬੋਲੜੀ ਅਤੇ ਸਬਰ ਭਰੀ ਸੂਰਤ ਵਾਲੀ ਸੀ। ਉਸਨੇ ਲੇਖਕ ਨੂੰ ਸਕੂਲ ਦਾ ਕਿੰਡਰਗਾਰਡਨ ਕਮਰਾ, ਮੁੰਡਿਆਂ ਦੇ ਖੇਡਣ ਵਾਲੀ ਥਾਂ, ਕੁੜੀਆਂ ਦਾ ਕਸੀਦਾ ਕਮਰਾ, ਰਸੋਈ ਆਦਿ ਗੱਲ ਕਿ ਸਾਰਾ ਸਕੂਲ ਵਿਖਾਇਆ। ਲੈਕਚਰ ਕਮਰੇ ਵਿੱਚ ਲੇਖਕ ਨੇ ਕੀ ਕੀਤਾ? ਲੈਕਚਰ ਕਮਰੇ ਵਿੱਚ ਲੇਖਕ ਨੇ ਹਿੰਦੁਸਤਾਨ ਦੇ ਨਕਸ਼ੇ ਉੱਤੇ ਬੱਚਿਆਂ ਨੂੰ ਆਪਣਾ ਸ਼ਹਿਰ ਦਿਖਾਇਆ ਅਤੇ ਉਹਨਾਂ ਨੂੰ ਸਿਆਲਕੋਟ ਦੇ ਰਾਜੇ ਸਲਵਾਨ ਅਤੇ ਪੂਰਨ ਭਗਤ ਦੀ ਕਹਾਣੀ ਸੁਣਾਈ। ਲੀਲਾਹ ਦੀ ਸਿਫਾਰਸ਼ ਉੱਤੇ ਲੇਖਕ ਨੇ ਕੁਝ ਕੁੜੀਆਂ ਦੀਆਂ ਕਾਪੀਆਂ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦਸਤਖਤ ਕੀਤੇ। ਲੇਖਕ ਨੇ ਲੀਲਾਹ ਦਾ ਹੱਥ ਦੇਖ ਕੇ ਕਿਹਾ ਕਿ ਉਹ ਵੱਡੀ ਹੋ ਕੇ ਬੀਬੀ, ਸੋਹਣੀ ਅਤੇ ਰਸਕ ਕੁੜੀ ਬਣੇਗੀ। ਅਗਲਾ ਪ੍ਰਸ਼ਨ, ਲੀਲਾਹ ਦੇ ਪਿਆਰ ਨੂੰ ਵੇਖ ਕੇ ਲੇਖਕ ਦੇ ਮੂੰਹੋਂ ਕੀ ਨਿਕਲਿਆ? ਜਾਂ ਫਿਰ ਲੀਲਾਹ ਦੇ ਪਿਆਰ ਨੂੰ ਵੇਖ ਕੇ ਲੇਖਕ ਨੂੰ ਨੇ ਆਪਣੇ ਮਨ ਦੇ ਭਾਵ ਨੂੰ ਕਿਵੇਂ ਬਿਆਨਿਆ?
ਤੇ ਲੇਖਕ ਨੇ ਜੋ ਲਾਈਨਾਂ ਕਹੀਆਂ ਨੇ ਉਹ ਇਹ ਸੀਗੀਆਂ, ਉਹ ਪ੍ਰੀਤ ਤੋਂ ਬਾਅਦ ਅਸੀਂ ਵਿਸਮਿਕ ਚਿੰਨ੍ਹ ਲਾਉਣਾ ਬੇਟੇ। ਤੂੰ ਮੁਲਕ ਨਹੀਂ ਵੇਖਦੀ, ਕੌਮ ਨਹੀਂ ਵੇਖਦੀ, ਲਹੂ ਨਹੀਂ ਵੇਖਦੀ, ਉਮਰ ਨਹੀਂ ਵੇਖਦੀ, ਇਹ ਜਿੱਥੇ ਜੀ ਆਵੇ, ਜਿਹਦੇ ਨਾਲ ਜੀ ਆਵੇ, ਆਪਣੀਆਂ ਪੁਸ਼ਪ ਕੜੀਆਂ ਨਾਲ ਤੂੰ ਮੈਨੂੰ ਕੱਸ ਦਿੰਦੀ। ਇਹ ਲਾਈਨਾਂ ਸੀਗੀ ਅਤੇ ਇਹਦੇ ਵਿੱਚ ਜਾਣੀ ਕਹਿਣ ਦਾ ਭਾਵ ਕੀ ਸੀਗਾ ਕਿ ਲੇਖਕ ਨੂੰ ਹੈਰਾਨੀ ਹੁੰਦੀ ਆ ਵੀ ਜਿਹੜੀ ਪਿਆਰ ਦੀ ਭਾਵਨਾ ਹੈ ਉਹ ਨਾ ਤਾਂ ਉਮਰ ਦੇਖਦੀ ਹੈ, ਨਾ ਦੇਸ਼ ਕੌਮ ਦੇਖਦੀ ਹੈਗੀ ਆ, ਨਾ ਜਾਤ ਧਰਮ ਦੇਖਦੀ ਹੈਗੀ ਆ, ਅਤੇ ਹਰੇਕ ਵਿਅਕਤੀ ਨੂੰ ਜਿਹੜਾ ਵੀ ਇੱਕ ਵਿਅਕਤੀ ਦੂਜੇ ਬਾਰੇ ਪਿਆਰ ਨਾਲ ਸੋਚਦਾ ਹੈ ਤਾਂ ਉਹਦੇ ਨਾਲ ਜਿਹੜਾ ਹੈ ਪਿਆਰ ਦੀ ਭਾਵਨਾ ਜੁੜ ਜਾਂਦੀ ਹੈਗੀ ਆ। ਅਮਰੀਕਨ ਬੱਚਿਆਂ ਦੇ ਮਨਾਂ ਅੰਦਰ ਭਾਰਤੀਆਂ ਬਾਰੇ ਕੀ ਭੁਲੇਖੇ ਸਨ ਅਤੇ ਲੋਕ ਲੇਖਕ ਕਿਵੇਂ ਦੂਰ ਕਰਦਾ ਹੈ। ਅਮਰੀਕਨ ਬੱਚਿਆਂ ਦੇ ਮਨਾਂ ਵਿੱਚ ਭਾਰਤੀਆਂ ਬਾਰੇ ਇਹ ਭੁਲੇਖਾ ਸੀ ਕਿ ਉਹ ਬੱਚਿਆਂ ਨੂੰ ਚੁੱਕ ਲੈ ਜਾਂਦੇ ਹਨ। ਲੇਖਕ ਨੇ ਲੀਲਾਹ ਦੇ ਸਾਰੇ ਸਾਥੀਆਂ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਇੱਕ ਇੱਕ ਪਾਈ ਦੇ ਕੇ ਅਤੇ ਫਿਰ ਉਹਨਾਂ ਦੇ ਨਾਲ ਦੋਸਤੀ ਪਾ ਕੇ ਉਹਨਾਂ ਦਾ ਭੁਲੇਖਾ ਦੂਰ ਕੀਤਾ। ਇਸੇ ਤਰ੍ਹਾਂ ਹੀ ਲੇਖਕ ਨੇ ਲੀਲਾਹ ਦੇ ਸਕੂਲ ਜਾ ਕੇ ਬੱਚਿਆਂ ਅਤੇ ਅਧਿਆਪਕਾਂ ਦੇ ਭੁਲੇਖੇ ਵੀ ਦੂਰ ਕੀਤੇ। ਨੰਨੀ ਲੀਲਾਹ ਦੇ ਸਕੂਲ ਦਾ ਟਾਕਰਾ ਆਪਣੇ ਦੇਸ਼ ਦੇ ਪ੍ਰਾਇਮਰੀ ਸਕੂਲ ਨਾਲ ਕਰੋ। ਨੰਨੀ ਲੀਲਾਹ ਦੇ ਸਕੂਲ ਵਿੱਚ ਕਿੰਡਰਗਾਰਡਨ ਕਮਰਾ, ਮੁੰਡਿਆਂ ਦੇ ਖੇਡਣ ਦੀ ਥਾਂ, ਕੁੜੀਆਂ ਦਾ ਕਸੀਦਾ ਕਮਰਾ ਹੁੰਦਾ ਜਿਹਦੇ ਵਿੱਚ ਉਹ ਕਢਾਈ ਸਿਲਾਈ ਦਾ ਕੰਮ ਕਰਦੀਆਂ, ਰਸੋਈ ਅਤੇ ਲੈਕਚਰ ਕਮਰਾ ਹਨ। ਜ਼ਿਆਦਾਤਰ ਸਾਡੇ ਦੇਸ਼ ਦੇ ਆਮ ਪ੍ਰਾਇਮਰੀ ਸਕੂਲਾਂ ਵਿੱਚ ਇਮਾਰਤਾਂ ਵਿੱਚ ਫਰਨੀਚਰ ਦੀ ਹਾਲਤ ਖਸਤਾ ਹੁੰਦੀ ਹੈ, ਰਸੋਈ ਅਤੇ ਕਿੰਡਰਗਾਰਡਨ ਦੀ ਸਹੂਲਤ ਬਿਲਕੁਲ ਵੀ ਨਹੀਂ ਹੁੰਦੀ। ਲਾਸਟ ਕੁਸ਼ਚਨ, ਉਹ ਪ੍ਰੀਤ ਤੂੰ ਮੁਲਕ ਨਹੀਂ ਵੇਖਦੀ, ਕੌਮ ਨਹੀਂ ਵੇਖਦੀ, ਲਹੂ ਨਹੀਂ ਵੇਖਦੀ, ਉਮਰ ਨਹੀਂ ਵੇਖਦੀ, ਜਦੋਂ ਜੀ ਆਵੇ, ਜਿਹਦੇ ਨਾਲ ਜੀ ਆਵੇ, ਆਪਣੀਆਂ ਪੁਸ਼ਪੋੜੀਆਂ ਨਾਲ ਕੱਸ ਦਿੰਦੀ ਹੈ। ਇਹ ਸ਼ਬਦ ਲੇਖਕ ਨੇ ਕਿਉਂ ਕਹੇ, ਇਹਨਾਂ ਦਾ ਕੀ ਭਾਵ ਸੀ? ਇਹ ਸ਼ਬਦ ਮੇਰੀ ਲੀਲਾਹ ਨਿਬੰਧ ਦੇ ਅੰਤ ਵਿੱਚ ਨਿਬੰਧਕਾਰ ਅਮਰੀਕਨ ਨੰਨੀ ਕੁੜੀ ਲੀਲਾਹ ਨਾਲ ਆਪਣੇ ਪਿਆਰ ਦੀ ਤੀਬਰਤਾ ਨੂੰ ਦੇਖ ਕੇ ਕਹੇ। ਇਹਨਾਂ ਦਾ ਭਾਵ ਇਹ ਹੈ ਕਿ ਪ੍ਰੀਤ ਦੀ ਭਾਵਨਾ ਹੈ ਜੋ ਮੁਲਕ, ਉਮਰ, ਕੌਮ ਅਤੇ ਲਹੂ ਆਦਿ ਵਿਤਕਰਾ ਕੀਤੇ ਬਿਨਾਂ ਹਰ ਕਿਸੇ ਨੂੰ ਆਪਣੇ ਜਾਦੂ ਨਾਲ ਕੀਲ ਲੈਂਦੀ ਹੈ। ਤਾਂ ਇਹ ਤਾਂ ਸੀਗੇ ਪਾਠ ਆਪਣਾ ਮੇਰੀ ਨੰਨੀ ਲੀਲਾਹ ਦਾ ਸਾਰ, ਵਿਸ਼ਾ, ਸਾਹਿਤਕ ਆਲੋਚਨਾ ਅਤੇ ਇਸ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ। ਉਮੀਦ ਕਰਦੀ ਹੈਗੀ ਤੁਹਾਨੂੰ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਨਾ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ, ਕਿਉਂਕਿ ਇਸ ਚੈਨਲ ਦੇ ਉੱਤੇ 1 ਕਰੋੜ ਵੱਧ ਕਲਾਸਿਸ ਦਾ ਕੰਮ ਪਾਇਆ ਹੋਇਆ ਹੈ। ਅਤੇ ਜੇਕਰ ਕੋਈ ਵੀਡੀਓ ਤੁਹਾਡੀ ਪੜ੍ਹਾਈ ਦੇ ਲਿਹਾਜ਼ ਨਾਲ ਲਾਭਦਾਇਕ ਹੋਈ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਅਗਲੀ ਵੀਡੀਓ ਦੇ ਨਾਲ।